ਹੇ ਗਾਇਜ਼, ਹੇਅਰ ਔਨ PSC ਇੰਗਲਿਸ਼, ਅਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੈਸਿਸ ਰਾਈਟਿੰਗ। ਬੋਰਡ ਦੇ ਪੇਪਰਸ ਦੇ ਵਿੱਚ ਪ੍ਰੈਸਿਸ ਰਾਈਟਿੰਗ ਦਾ ਟੋਪਿਕ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਬੋਰਡ ਵਾਸਤੇ। ਇੰਗਲਿਸ਼ ਦੇ ਪੇਪਰ ਦੇ ਵਿੱਚ ਇਸ ਨੂੰ ਪੁੱਛ ਲਿੱਤਾ ਜਾਂਦਾ, ਅਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪ੍ਰੈਸਿਸ ਰਾਈਟਿੰਗ ਨੂੰ ਕਿਵੇਂ ਲਿਖਣਾ। ਤੁਹਾਡੇ ਵਿੱਚੋਂ 95% ਜਾਣਿਆਂ ਨੂੰ ਤਾਂ ਇੰਨਾ ਪਤਾ ਹੀ ਨਹੀਂ ਹੈ ਕਿ ਪ੍ਰੈਸਿਸ ਕਿਵੇਂ ਲਿਖਣਾ, ਅਤੇ ਇਸੇ ਲਈ ਅੱਜ ਇਸੇ ਟੋਪਿਕ ਉੱਪਰ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ। ਆਓ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਜਾਣਦੇ ਪ੍ਰੈਸਿਸ ਰਾਈਟਿੰਗ ਹੁੰਦਾ ਕੀ। ਪ੍ਰੈਸਿਸ ਇੱਕ ਸਮਰੀ ਹੁੰਦੀ ਹੈ, ਅਤੇ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਮੇਨ ਥੀਮ ਹੁੰਦੀ ਹੈ ਪੈਸੇਜ ਦੀ, ਉਹਨੂੰ ਕੁਝ ਹੀ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕੀਤਾ ਹੁੰਦਾ ਹੈ। ਪਰ ਜਿਹੜਾ ਪ੍ਰੈਸਿਸ ਹੁੰਦਾ ਹੈ ਉਹ 1/3 ਹੋਣਾ ਚਾਹੀਦਾ ਪੂਰਾ ਜਿਹੜਾ ਪੈਸੇਜ ਹੈ ਉਸਦਾ। ਫੋਰ ਐਗਜ਼ਾਮਪਲ, ਅਗਰ ਤੁਹਾਨੂੰ ਦਿੱਤਾ ਹੋਇਆ ਕਿ 150 ਵਰਡਸ ਦਾ ਤੁਹਾਡੇ ਕੋਲ ਪੈਸੇਜ ਹੈਗਾ, ਤੁਸੀਂ ਹੁਣ ਇਸਦਾ 1/3 ਕਰਨਾ ਹੈ। 1/3 ਯਾਨੀ ਕਿ ਇਸ ਨੂੰ 1/3 ਕਰਕੇ ਅਤੇ ਆ ਜਾਏਗਾ ਤੁਹਾਡਾ 50 ਵਰਡਸ ਦਾ ਜਿਹੜਾ ਤੁਹਾਡਾ ਪ੍ਰੈਸਿਸ ਹੈ ਉਹ ਹੋਏਗਾ। ਇੰਸਟਰਕਸ਼ਨਸ ਨੇ ਕੁਝ ਕਿ ਪ੍ਰੈਸਿਸ ਨੂੰ ਕਿਵੇਂ ਲਿਖਣਾ। ਸਭ ਤੋਂ ਪਹਿਲੇ ਧਿਆਨ ਦੇ ਨਾਲ ਪੈਸੇਜ ਨੂੰ ਪੜ੍ਹੋ ਅਤੇ ਆਈਡੀਆ ਲਵੋ ਕਿ ਪ੍ਰੈਸਿਸ ਦੇ ਵਿੱਚ ਉਹਨਾਂ ਨੇ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਕਿੰਨਾ ਚੀਜ਼ਾਂ ਦੇ ਉੱਪਰ ਜ਼ਿਆਦਾ ਜ਼ੋਰ ਦੇਣ ਦੀ ਕੋਸ਼ਿਸ਼ ਜਿਹੜੀ ਉਹਨਾਂ ਨੇ ਕੀਤੀ ਹੈ। ਫਿਰ ਉਸ ਤੋਂ ਜਿਹੜੇ ਉਹਦੇ ਮੇਨ ਪੁਆਇੰਟਸ ਨੇ ਉਹਨਾਂ ਨੂੰ ਸਮਅਪ ਕਰੋ, ਉਸ ਨੂੰ ਟਾਈਟਲ ਦਿਓ ਫਿਰ ਇੱਕ। ਫਿਰ ਉਸ ਤੋਂ ਬਾਅਦ ਕੀ ਕਰਨਾ ਕਿ ਜਿਹੜੇ ਮੇਨ ਆਈਡੀਆਜ਼ ਨੇ ਉਹਨਾਂ ਨੂੰ ਅੰਡਰਲਾਈਨ ਕਰੋ, ਅਤੇ ਜਿਹੜੇ ਤੁਹਾਨੂੰ ਲੱਗਦਾ ਕਿ ਵੇਸਟ ਵਰਡਸ ਨੇ ਜਾਂ ਵੇਸਟ ਸੈਂਟੈਂਸਿਸ ਨੇ ਜਾਂ ਅਨਨੈਸੈਸਰੀ ਨੇ, ਉਹਨਾਂ ਨੂੰ ਵਿੱਚੋਂ ਕੱਟ ਕਰ ਦਿਓ। ਫਿਰ ਸਾਰੇ ਆਈਡੀਆਜ਼ ਵਗੈਰਾ, ਵਰਡਸ ਵਗੈਰਾ ਦੇਖਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਆਪਣੇ ਆਈਡੀਆਜ਼ ਨੂੰ ਸ਼ੇਪ ਦੇਣੀ ਹੈ। ਉਹਨਾਂ ਨੂੰ ਸ਼ੇਪ ਦੇਣ ਤੋਂ ਬਾਅਦ ਉਹਨਾਂ ਨੂੰ ਵਰਡਸ ਦੇ ਵਿੱਚ ਬਦਲਣਾ ਹੈ, ਅਤੇ ਵਰਡਸ ਵਿੱਚ ਬਦਲਣ ਤੋਂ ਬਾਅਦ ਉਹਨਾਂ ਨੂੰ ਕਾਊਂਟ ਕਰਨਾ ਹੈ ਕਿ ਜਿਹੜਾ ਤੁਹਾਡਾ ਪ੍ਰੈਸਿਸ ਹੈ ਉਹ 1/3 ਹੀ ਹੈ ਨਾ ਲੈਂਥ ਦਾ। ਬਸ ਆਹ ਚੀਜ਼ ਦੇਖਣੀ ਹੈ। ਉਸ ਤੋਂ ਬਾਅਦ ਜਿਹੜੇ ਪੁਆਇੰਟਸ ਨੋਟ ਕਰਦੇ ਨੇ ਉਹ ਦੇਖੋ। ਐਜ਼ ਅ ਰੂਲ ਕੀ ਹੈ ਕਿ ਜਿਹੜਾ ਪ੍ਰੈਸਿਸ ਰਾਈਟਿੰਗ ਹੈ ਉਹ ਇਨਡਾਇਰੈਕਟ ਸਪੀਚ ਵਿੱਚ ਦਿੱਤਾ ਜਾਣਾ ਚਾਹੀਦਾ ਹੈ, ਕਿ ਡਾਇਰੈਕਟ ਸਪੀਚ ਵਿੱਚ ਨਹੀਂ ਦੇਣਾ ਹੈਗਾ, ਆਪਾਂ ਇਨਡਾਇਰੈਕਟਲੀ ਕਹਿਣਾ ਕਿ ਆਪਾਂ ਥਰਡ ਪਰਸਨ ਨੂੰ ਇੱਥੇ ਕਹਿ ਰਹੇ ਹਾਂ। ਅਤੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਪ੍ਰੋਨਾਊਂਸ ਨੇ ਜਿਵੇਂ ਆਏ, ਯੂ, ਉਹ ਹੀ ਔਰ ਸ਼ੀ ਵਿੱਚ ਚੇਂਜ ਹੋ ਜਾਂਦੇ ਨੇ, ਵੀ ਜਿਹੜਾ ਉਹ ਦੇ ਵਿੱਚ ਚੇਂਜ ਹੋ ਜਾਂਦਾ, ਇੱਦਾਂ ਕਰਕੇ ਹੁੰਦਾ ਹੈ। ਫਿਰ ਜਿਹੜਾ ਪ੍ਰੈਸਿਸ ਦਾ ਪ੍ਰੈਸਿਸ ਜਿਹੜਾ ਉਹਦੇ ਵਿੱਚ ਟੈਂਸ ਜਿਹੜਾ ਦਿੱਤਾ ਹੋਇਆ ਉਹ ਸੇਮ ਹੀ ਯੂਜ਼ ਹੋਣਾ ਜਿਹੜਾ ਕਿ ਤੁਹਾਨੂੰ ਉਸ ਪੈਸੇਜ ਦੇ ਵਿੱਚ ਦਿੱਤਾ ਹੋਇਆ। ਕਿੰਨਾ ਚੀਜ਼ਾਂ ਨੂੰ ਅਵੋਇਡ ਕਰਨਾ ਉਹ ਦੇਖੋ। ਹੁਣ ਆਪਣੇ ਵੱਲੋਂ ਤੁਸੀਂ ਕੁਛ ਵੀ ਉੱਥੇ ਨਹੀਂ ਲਿਖਣਾ, ਜੋ ਕੁਛ ਉੱਥੇ ਦਿੱਤਾ ਹੋਏਗਾ ਉਸਨੂੰ ਸ਼ੋਰਟ ਕਰਕੇ ਅਤੇ ਲਿਖ ਦੇਣਾ। ਆਪਣੀ ਜਿਹੜੀ ਲੈਂਥ ਹੈ ਦੇ ਟਾਈਟਲ ਦੀ ਪ੍ਰੈਸਕ੍ਰਾਈਬ ਲੈਂਥ ਇੱਥੇ ਜਿਹੜੀ ਹੈ ਆਫ ਟਾਈਟਲ ਹੈ, ਆਫ ਟਾਈਟਲ। ਟਾਈਟਲ ਦੀ ਜਿਹੜੀ ਲੈਂਥ ਹੈ ਉਹ 5 ਵਰਡਸ ਤੋਂ ਜ਼ਿਆਦਾ ਨਹੀਂ ਕਰਨੀ ਹੈਗੀ। ਫਿਰ ਵੱਡੇ ਵੱਡੇ ਜਿਹੜੇ ਟਾਈਟਲਸ ਨੇ ਉਹ ਤਾਂ ਬਿਲਕੁਲ ਵੀ ਨਹੀਂ ਲਿਖਣੇ ਹੈਗੇ, ਠੀਕ ਹੈ। ਅਤੇ ਇੱਕ ਹੋਰ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਕੀ ਕਰਨੀ ਹੈ, ਜਿਹੜੇ ਤੁਹਾਨੂੰ ਦਿੱਤਾ ਹੋਏਗਾ ਪੈਸੇਜ, ਹੁਣ 1/3 ਤਾਂ ਚਲੋ ਕਈ ਵਾਰੀ ਇੱਦਾਂ ਹੁੰਦਾ ਕਿ 150 ਵਰਡ ਦਿੱਤਾ ਅਤੇ 50 ਵਰਡਸ ਪੂਰੇ ਨਹੀਂ ਹੋ ਸਕਦੇ, ਤੁਸੀਂ 2-3 ਵਰਡਸ ਜਿਹੜੇ ਨੇ ਉਹ ਇੱਧਰ ਉੱਧਰ ਕਰ ਸਕਦੇ ਹੋ, 2-3 ਵਰਡ ਜਿਹੜੇ ਅੱਗੇ ਪਿੱਛੇ ਚੱਲਣਗੇ, ਬਾਕੀ ਹੋਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹੁਣ ਇੱਥੇ ਇੱਕ ਤੁਹਾਨੂੰ ਪ੍ਰੈਸਿਸ ਦਿੱਤਾ ਹੋਇਆ ਬੁੱਕਸ ਦੇ ਬਾਰੇ ਵਿੱਚ, ਇੱਥੇ ਮੈਂ ਪ੍ਰੈਸਿਸ ਨੂੰ ਪੜ੍ਹ ਕੇ ਉਹਦੇ ਮੇਨ ਪੁਆਇੰਟ ਜਿਹੜੇ ਉਹਨਾਂ ਨੂੰ ਅੰਡਰਲਾਈਨ ਕਰਦੇ ਹਾਂ। ਆਓ ਇੱਕ ਵਾਰੀ ਪੜ੍ਹਦੇ ਹਾਂ। ਬੁੱਕਸ ਆਰ ਬਾਏ ਫੋਰ ਦਾ ਮੋਸਟ ਲਾਸਟਿੰਗ ਪ੍ਰੋਡਕਟ ਆਫ ਹਿਊਮਨ ਐਫਰਟਸ,
ਟੈਂਪਲ ਕਰੰਬਲ ਇੰਟੂ ਰਿਊਨ, ਪਿਕਚਰ ਐਂਡ ਸਟੈਚੂਜ਼ ਡਿਕੇ, ਬਟ ਬੁੱਕਸ ਸਰਵਾਈਵ। ਟਾਈਮ ਇਜ਼ ਆਫ ਨੋ ਅਕਾਊਂਟ ਵਿਦ ਗ੍ਰੇਟ ਥੋਟਸ ਵਿਚ ਆਰ ਐਜ ਫਰੈਸ਼ ਟੂਡੇ ਐਜ਼ ਵੈਨ ਦੇ ਫਸਟ ਪਾਸ ਥਰੂ ਦੇਅਰ ਔਥਰਸ ਮਾਈਂਡ ਏਜਿਸ ਐਗੋ। ਹੁਣ ਇੱਥੇ ਸਭ ਕੁਝ ਜਿਹੜਾ ਉਹ ਬੁੱਕਸ ਬਾਰੇ ਦੱਸਿਆ ਗਿਆ, ਮੈਂ ਇੱਥੇ ਮੇਨ ਚੀਜ਼ਾਂ ਪੜ੍ਹ ਲਈਆਂ ਹੋਈਆਂ ਨੇ, ਤੁਸੀਂ ਵੀ ਪਾਊਜ਼ ਕਰਕੇ ਇੱਕ ਵਾਰੀ ਪੂਰਾ ਪੈਸੇਜ ਜਿਹੜਾ ਉਹ ਪੜ੍ਹ ਲਵੋ, ਫਿਰ ਆਪਾਂ ਇਹਨੂੰ ਅੱਗੇ ਸੋਲਵ ਕਰਕੇ ਤੁਹਾਨੂੰ ਦੱਸਿਆ ਹੋਇਆ ਕਿ ਇਹਨੂੰ ਆਪਾਂ ਸੋਲਵ ਕਿਵੇਂ ਕਰਨਾ ਹੈ। ਤੁਸੀਂ ਪਾਊਜ਼ ਕਰਕੇ ਵੇਖ ਲਓ ਇੱਕ ਵਾਰੀ। ਆਓ ਅੱਗੇ ਚੱਲਣੇ ਆ। ਹਾਂਜੀ ਹੁਣ ਦੇਖੋ, ਇੱਥੇ ਤੁਹਾਨੂੰ ਇੱਥੇ ਦੇਖ ਰਿਹਾ ਹੈ ਸਾਈਡ 'ਤੇ, ਠੀਕ ਹੈ। ਸਭ ਤੋਂ ਪਹਿਲੇ ਮੈਂ ਇਸਨੂੰ ਟਾਈਟਲ ਦਿੱਤਾ ਹੈ, ਸਾਫ਼ ਪਤਾ ਲੱਗ ਰਿਹਾ ਸੀਗਾ ਕਿ ਬੁੱਕਸ ਦੇ ਬਾਰੇ ਵਿੱਚ ਸੀਗਾ ਸਾਰਾ, ਅਤੇ ਉਸ ਨੂੰ ਮੈਂ ਟਾਈਟਲ ਦੇ ਦਿੱਤਾ ਦਾ ਵੈਲਿਊ ਆਫ ਬੁੱਕਸ। ਅਤੇ ਹੁਣ ਇੱਥੇ ਮੈਂ ਕੀ ਕੀਤਾ, ਜਿਹੜੀ ਮੇਨ ਅੰਡਰਲਾਈਨ ਕੀਤੀਆਂ ਸੀਗੀਆਂ ਮੈਂ ਲਾਈਨਸ, ਉਹਨਾਂ ਨੂੰ ਦੇਖਿਆ, ਬੁੱਕਸ ਆਰ ਬਾਏ ਫੋਰ ਮੋਸਟ ਲੈਸਿੰਗ ਪ੍ਰੋਡਕਟ ਆਫ ਹਿਊਮਨ ਐਫਰਟ, ਉਸ ਨੂੰ ਮੈਂ ਐਕਸਪ੍ਰੈਸ ਕਰ ਦਿੱਤਾ। ਬੁੱਕਸ ਆਰ ਦਾ ਲਾਸਟਿੰਗ ਪ੍ਰੋਡਕਟਸ ਆਫ ਹਿਊਮਨ ਐਫਰਟਸ, ਦਾ ਥੋਟਸ ਐਕਸਪ੍ਰੈਸ ਇਨ ਦੈਮ ਹੈਵ ਐਟਰਨਲਸ ਵੈਲਿਊ। ਮੈਂ ਇਸ ਨੂੰ ਇਸਦਾ ਕਰਕੇ ਐਕਸਪ੍ਰੈਸ ਕਰ ਦਿੱਤਾ ਹੋਇਆ। ਫਿਰ ਅੱਗੇ ਟਾਈਮ ਵਾਲੀ ਜਿਹੜੀ ਲਾਈਨ ਹੈ ਉਸ ਨੂੰ ਮੈਂ ਦੇਖਿਆ ਸੀਗਾ ਕਿ ਉਹ ਜਿਹੜੀ ਮੇਰੇ ਲਈ ਇੰਪੋਰਟੈਂਟ ਲੱਗ ਰਹੀ ਸੀਗੀ, ਸਭ ਕੁਝ ਜਿਹੜਾ ਸੀਗਾ ਮੈਂ ਇਸ ਤਰ੍ਹਾਂ ਹੀ ਇਸ ਦੇ ਵਿੱਚ ਜਿਹੜਾ ਹੈ ਪ੍ਰੈਸਿਸ ਜਿਹੜਾ ਉਹ ਬਣਾਉਂਦਾ ਹੈ। ਆ ਜਿਹੜਾ 157 ਵਰਡਸ ਦਾ ਜਿਹੜਾ ਸੀਗਾ ਪੈਸੇਜ, ਉਹ ਮੈਂ 47 ਵਰਡਸ ਦੇ ਵਿੱਚ ਉਹਨੂੰ ਸਮਅਪ ਕਰ ਦਿੱਤਾ ਹੋਇਆ। ਤੁਸੀਂ ਪੜ੍ਹ ਕੇ ਦੇਖੋ ਇੱਕ ਵਾਰੀ, ਉਹੀ ਚੀਜ਼ ਲੱਗ ਰਹੀ ਹੈ। ਬੁੱਕਸ ਆਰ ਦਾ ਲਾਸਟਿੰਗ ਪ੍ਰੋਡਕਟਸ ਆਫ ਹਿਊਮਨ ਐਫਰਟਸ, ਦਾ ਥੋਟਸ ਐਕਸਪ੍ਰੈਸ ਇਨ ਦੈਮ ਹੈਵ ਐਟਰਨਲ ਵੈਲਿਊ, ਨਥਿੰਗ ਬਟ ਗੁੱਡ ਥੋਟਸ ਸਰਵਾਈਵ ਇਨ ਲਿਟਰੇਚਰ, ਬੁੱਕਸ ਇੰਟਰੋਡਿਊਸ ਅਸ ਬੈਸਟ ਇਨ ਦਾ ਸੋਸਾਇਟੀ, ਦਾ ਐਕਸਪੀਰੀਅੰਸ ਆਫ ਗ੍ਰੇਟ ਮਾਈਂਡਸ ਬਿਕਮ ਆਵਰ ਐਕਸਪੀਰੀਅੰਸ, ਪੀਪਲ ਬਿਕਮ ਐਕਟਰਸ ਆਫ ਦਾ ਸੀਨਸ ਵਿੱਚ ਬੁੱਕਸ ਡਿਪੈਕਟ। ਆ ਸੇਮ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਆ ਰਹੀਆਂ ਨੇ, ਜਿਹੜੀਆਂ ਮੈਂ ਮਾਰਕ ਕੀਤੀਆਂ ਹੋਈਆਂ ਸੀ, ਮੈਨੂੰ ਇੰਪੋਰਟੈਂਟ ਲੱਗੀਆਂ, ਉਹਨਾਂ ਨੂੰ ਮੈਂ ਮਾਰਕ ਕਰਕੇ ਆਪਣਾ ਪ੍ਰੈਸਿਸ ਦੇ ਵਿੱਚ ਉਹਨੂੰ ਚੇਂਜ ਕਰ ਦਿੱਤਾ ਹੋਇਆ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਲਾਈਕ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ, ਆਪਣੇ ਦੋਸਤਾਂ ਨਾਲ ਵੀ ਵੀਡੀਓ ਨੂੰ ਸ਼ੇਅਰ ਕਰਿਓ। ਦੇਖਣ ਲਈ ਧੰਨਵਾਦ।